ਥੋੜ੍ਹੇ ਬਹੁਤੇ ਰਹਿ ਗਏ ਨੇ ਬੰਦੇ, ਉਹ ਵੀ ਅਸੀਂ ਫੜ ਲੈਣਾ। ਇਹ ਨਾ ਸਮਝਣ ਕਿ ਕਿਤੇ ਦੌੜ ਜੁੜ ਕੇ ਕਿਤੇ ਲੁਕ ਜਾਣਗੇ, ਜਿੱਥੇ ਹੋਣਗੇ ਉੱਥੇ ਫੜ ਕੇ ਲਿਆਵਾਂਗੇ ਅਸੀਂ ਛੱਡ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ਕਾਰਵਾਈ ਦੀ ਇਹ ਵੀਡੀਓ ਆਪਣੇ ਫੇਸਬੁੱਕ ਪੇਜ ਤੇ ਪਾਉਣੀ ਮਹਿੰਗੀ ਪੈ ਗਈ ਹੈ। ਦਰਅਸਲ ਵਿਰੋਧੀ ਧਿਰ ਆਗੂ ਸੁਖਪਾਲ ਖਹਿਰਾ ਨੇ ਇਸ ਨੂੰ ਸੰਵਿਧਾਨਕ ਨਿਯਮਾਂ ਦੀ ਉਲੰਘਣਾ ਦੱਸਦਿਆਂ ਮਾਮਲੇ 'ਚ ਸਪੀਕਰ ਤੋਂ ਕਾਰਵਾਈ ਦੀ ਮੰਗ ਕਰ ਦਿੱਤੀ ਹੈ। ਸੁਖਪਾਲ ਖਹਿਰਾ ਨੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੂੰ ਇਸ ਸੰਬੰਧੀ ਇੱਕ ਪੱਤਰ ਲਿਖ ਕੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਜਟ ਇਜਲਾਸ ਦੀਆਂ 2 ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਨੇ। ਵੀਡੀਓ ਵਿੱਚ 27 ਮਾਰਚ 2018 ਨੂੰ ਗਵਰਨਰ ਭਾਸ਼ਣ ਤੇ ਹੋਈ ਬਹਿਸ ਅਤੇ ਮੁੱਖ ਮੰਤਰੀ ਵੱਲੋਂ ਦਿੱਤੇ ਭਾਸ਼ਣ ਦੇ ਕੁਝ ਅੰਸ਼ ਦਿਖਾਈ ਦੇ ਰਹੇ ਨੇ। ਆਪਣੇ ਪੱਤਰ ਵਿੱਚ ਉਹਨਾਂ ਕਿਹਾ ਕਿ ਸਾਰੇ ਮੈਂਬਰ ਭਲੀ ਭਾਂਤੀ ਜਾਣਦੇ ਨੇ ਕਿ ਵਿਧਾਨ ਸਭਾ ਦੇ ਅੰਦਰ ਹੋਈ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕਰਨਾ ਜਾਂ ਦਿਖਾਉਣ ਦੀ ਆਗਿਆ ਨਹੀਂ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਉਹਨਾਂ ਨੇ ਵੀ ਕੁਝ ਸਮਾਂ ਪਹਿਲਾਂ ਆਪਣੇ ਫੇਸਬੁੱਕ ਪੇਜ ਤੇ ਇੱਕ ਕਲਿੱਪ ਸਾਂਝਾ ਕੀਤਾ ਸੀ, ਜਿਸ ਦੇ ਕਾਰਨ ਖੂਬ ਸ਼ੋਰ ਸ਼ਰਾਬੇ ਤੋਂ ਬਾਅਦ ਉਹਨਾਂ ਨੂੰ ਸਦਨ ਚੋਂ ਮੁਅੱਤਲ ਕਰ ਦਿੱਤਾ ਗਿਆ ਸੀ। ਕਿ ਜਿਹੜੇ ਕਾਨੂੰਨ ਨੂੰ ਮੰਨਦੇ ਨੇ, ਜੋ ਸਮਝਦੇ ਨੇ ਕਿ ਅਸੀਂ ਗਲਤ ਰਸਤੇ ਚੜੇ ਹਾਂ, ਆਪਣੇ ਹਥਿਆਰ ਰੱਖ ਦਿਓ। ਅਗਰ ਨਹੀਂ ਰੱਖੋਗੇ ਫਿਰ ਸਾਨੂੰ ਨਿਪਟਣ ਦਾ ਤਰੀਕਾ ਆਉਂਦਾ ਔਰ ਅਸੀਂ ਨਿਪਟਾਂਗੇ ਇਹਨਾਂ ਨਾਲ। ਅਸੀਂ ਪੰਜਾਬ ਦੀ ਆਬ ਹਵਾ ਖਰਾਬ ਨਹੀਂ ਹੋਣ ਦੇਣੀ। ਇਹ ਬਿਲਕੁਲ ਕਲੀਅਰ ਸਪਸ਼ਟ ਇਹਨਾਂ ਤਰੀਕੇ ਨਾਲ ਮੈਂ ਕਹਿ ਰਿਹਾ, ਇਹ ਬਿਲਕੁਲ ਨਹੀਂ ਖਰਾਬ ਹੋਏਗੀ। ਔਰ ਜਿੰਨਾ ਕੁਛ ਇਹਨਾਂ ਨੇ ਇਹ ਕੋਸ਼ਿਸ਼ ਕੀਤੀ ਹੈ ਖਰਾਬ ਕਰਨ ਦੀ, ਆਈ ਵਿਲ ਸੀ ਦੈਟ ਪੰਜਾਬ ਬਿਲਕੁਲ ਨੋਰਮਲ ਸੀ ਦੇ ਵਿੱਚ ਫਿਰ ਆ ਜਾਵੇ। ਕੋਈ ਅਸੀਂ ਗੱਲ ਹੋਣ ਨਹੀਂ ਦੇਣੀ। ਆਲਰੇਡੀ ਹਾਲਾਤ ਬਹੁਤ ਸੁਧਰ ਗਏ ਨੇ, ਥੋੜ੍ਹੇ ਬਹੁਤੇ ਰਹਿ ਗਏ ਨੇ ਬੰਦੇ, ਉਹ ਵੀ ਅਸੀਂ ਫੜ ਲੈਣਾ। ਇਹ ਨਾ ਸਮਝਣ ਕਿ ਕਿਤੇ ਦੌੜ ਜੁੜ ਕੇ ਕਿਤੇ ਲੁਕ ਜਾਣਗੇ, ਜਿੱਥੇ ਹੋਣਗੇ ਉੱਥੇ ਫੜ ਕੇ ਲਿਆਵਾਂਗੇ ਅਸੀਂ ਛੱਡ। ਖਹਿਰਾ ਨੇ ਕੈਪਟਨ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਪੇਜ ਤੇ ਵੀ ਇੱਕ ਕਲਿੱਪ ਪਾਈ ਸੀ, ਜੋ ਕਿ ਉਹਨਾਂ ਵਿਧਾਨ ਸਭਾ ਦੀ ਕੰਟੀਨ ਵਿੱਚ ਚੱਲ ਰਹੇ ਸਪੀਕਰਾਂ ਤੋਂ ਰਿਕਾਰਡ ਕੀਤੀ ਸੀ। ਉਸ ਕਲਿੱਪ ਦੇ ਖਿਲਾਫ ਵੀ ਕਾਫੀ ਰੋਲਾ ਰੱਪਾ ਹੋਇਆ ਸੀ, ਤਾਂ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ ਖਹਿਰਾ ਨੇ ਵਿਧਾਨ ਸਭਾ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਟੀਵੀ ਤੇ ਦਿਖਾਉਣ ਦਾ ਵੀ ਸਮਰਥਨ ਕੀਤਾ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਵੀ ਮੋਬਾਈਲ ਰਾਹੀਂ ਸੰਸਦ ਦੇ ਅੰਦਰ ਦੀ ਕਾਰਵਾਈ ਦਿਖਾਉਣ ਦੇ ਮਾਮਲੇ 'ਚ ਮੁਅੱਤਲ ਕਰ ਦਿੱਤਾ ਗਿਆ ਸੀ। ਫਿਲਹਾਲ ਦੇਖਣਾ ਹੋਵੇਗਾ ਕਿ ਸਪੀਕਰ ਸੀਐਮ ਕੈਪਟਨ ਖਿਲਾਫ਼ ਕੀ ਕਾਰਵਾਈ ਕਰਦੇ ਨੇ, ਜਾਂ ਫਿਰ ਸੰਵਿਧਾਨਕ ਨਿਯਮ ਸਿਰਫ ਵਿਰੋਧੀ ਧਿਰਾਂ ਤੇ ਹੀ ਲਾਗੂ ਹੁੰਦੇ ਨੇ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।